ਇਨਸਾਨ ਹਾਂ ਮੈਂ, ਮੈਂ ਕੋਈ ਫਰਿਸ਼ਤਾ ਨਹੀਂ ਹਾਂ, ਨਾ ਮੈਂ ਕੋਈ ਇੱਦਾਂ ਦਾ ਹੈਗਾ ਢੋਗੀ ਜਿਹਾ। ਜਦੋਂ ਮੈਨੂੰ ਗੁੱਸਾ ਆਉਂਦਾ ਮੈਂ ਗੁੱਸੇ 'ਚ ਵੀ ਜਾਂਦਾ, ਜਦੋਂ ਪਿਆਰ ਆਉਂਦਾ ਪਿਆਰ। ਰਾਜਨੀਤੀ 'ਚ ਜੁੜੇ ਰਹੋਗੇ ਕਿ ਹੁਣ ਫਿਰ ਦੁਬਾਰਾ ਗਾਇਕੀ ਵੱਲ ਜ਼ਿਆਦਾ? ਜੁੜਦਾ ਜੜਦਾ ਤਾਂ ਮੈਂ ਕਿਸੇ ਚੀਜ਼ ਨਾਲ ਨਹੀਂ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਅਤੇ ਦੇਸ਼ ਦੇ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਨੇ ਅਤੇ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਪੰਜਾਬ ਦੀ 13 ਲੋਕ ਸਭਾ ਸੀਟਾਂ ਦੇ ਵਿੱਚ ਚੋਣਾਂ ਹੋਈਆਂ ਸੀ, ਲੇਕਿਨ ਭਾਜਪਾ ਨੂੰ ਇੱਕ ਵੀ ਸੀਟ ਮਿਲਦੀ ਨਜ਼ਰ ਨਹੀਂ ਆਈ। ਫਿਲਹਾਲ ਸਾਡੇ ਨਾਲ ਹੰਸਰਾਜ ਹੰਸੋਨੀ ਮੌਜੂਦ ਹੈ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਮਹਾਰਾਜ ਜੀ, ਆਇਆਂ ਨੂੰ ਤੁਹਾਨੂੰ ਸਤਿ ਸ਼੍ਰੀ ਅਕਾਲ, ਵੈਲਕਮ, ਔਰ ਤੁਹਾਡੇ ਵਿਊਵਰਸ ਨੂੰ ਵੀ ਸਤਿ ਸ਼੍ਰੀ ਅਕਾਲ। ਸਰ, ਗੱਲ ਕੀਤੀ ਜਾਵੇ ਫਰੀਦਕੋਟ ਤੋਂ, ਤੁਸੀਂ ਚੋਣਾਂ ਲੈਣੀਆਂ, ਬਾਬਾ ਫਰੀਦ ਦੀ ਧਰਤੀ ਹੈ, ਕੀ ਗੱਲ ਇਸ ਵਾਰ ਬਾਬਾ ਫਰੀਦ ਜਿਹੜੇ ਕਿਹਨਾਂ 'ਤੇ ਖੁਸ਼ ਹੁੰਦੇ ਨਜ਼ਰ ਆਏ, ਕਿਹਨਾਂ 'ਤੇ ਨਹੀਂ? ਇਹ ਤਾਂ ਜਿਹੜੀ ਤਸਵੀਰਾਂ ਵੀ ਸਾਹਮਣੇ ਆਈਆਂ, ਫਿਲਹਾਲ ਜਿਹੜਾ ਵਿਰੋਧ ਸੀਗਾ ਲਗਾਤਾਰ ਹੋ ਰਿਹਾ ਸੀ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਵੀ ਹੋਇਆ, ਉਸਦਾ ਕਿਤੇ ਨਾ ਕਿਤੇ ਖਾਮਿਆਜ਼ਾ ਭੁਗਤਣਾ ਪਿਆ ਬੀਜੇਪੀ? ਕੋਈ ਖਮਿਆਜ਼ਾ ਨਹੀਂ ਭੁਗਤਣਾ ਪਿਆ। ਪਹਿਲੀ ਵਾਰੀ ਲੜੇ ਸੀ, ਇੰਡੀਪੈਂਡੈਂਟ ਲੜੇ ਸੀ, ਅਣਜਾਣ ਸੀ, ਪਤਾ ਹੀ ਨਹੀਂ ਸੀ ਕਿ ਲੜਨਾ ਪੈ ਜਾਓ ਇਕੱਲੀ। ਜਿੰਨੀ ਖੂਬਸੂਰਤੀ ਨਾਲ ਲੜੇ ਆ ਉਸ ਤੋਂ ਜ਼ਿਆਦਾ ਉਹਨਾਂ ਨੇ ਵੋਟਾਂ ਹਾਸਿਲ ਕੀਤੀਆਂ, ਪਰਸੈਂਟੇਜ ਪੂਰੇ ਪੰਜਾਬ 'ਚ ਵਧੀ ਆ। ਹਲਕਾ ਫਰੀਦਕੋਟ ਵਾਸੀਆਂ ਦਾ ਤਾਂ ਦੇਣਾ ਹੀ ਨਹੀਂ ਦੇ ਸਕਦੇ, ਬਹੁਤ ਸ਼ੁਕਰਗੁਜ਼ਾਰ ਹਾਂ। ਹਲਕਾ ਫਰੀਦਕੋਟ ਦੇ ਵਰਕਰਾਂ ਦਾ ਵੀ ਬੀਜੇਪੀ ਦਿਆਂ ਦਾ ਦੇਣਾ ਨਹੀਂ ਦੇ ਸਕਦੇ। ਪਹਿਲਾਂ ਤੁਸੀਂ ਜਲੰਧਰ ਤੋਂ ਚੋਣਾਂ ਲੜਦੇ ਹੋ, ਹਾਰਦੇ ਹੋ, ਫਿਰ ਦਿੱਲੀ ਜਾ ਕੇ ਚੋਣਾਂ ਲੜਦੇ ਹੋ, ਉੱਥੋਂ ਤੁਸੀਂ ਵੱਡੀ ਇੱਕ ਲੀਡ ਤੋਂ ਜਿੱਤਦੇ ਹੋ, ਫਿਰ ਤੁਹਾਨੂੰ ਪੰਜਾਬ ਦੇ ਵਿੱਚ ਭੇਜਿਆ ਜਾਂਦਾ ਚੋਣਾਂ ਲੜਨ, ਅਤੇ ਇਸ ਦੌਰਾਨ ਫਿਰ ਤੁਹਾਡੀ ਹਾਰ ਹੋ ਜਾਂਦੀ ਹੈ, ਕੀ ਲੱਗ ਰਿਹਾ ਹੈਗਾ ਕੀ ਕਾਰਨ ਕੀ ਰਹੇ ਨੇ? ਗੱਲ ਜਿੱਤਣ ਹਾਰਨ ਦੀ ਨਹੀਂ, ਕਦੀ ਅਨਬੈਲੈਂਸਡ ਹੋਇਆ ਮੈਨੂੰ ਵੇਖਿਆ। ਜਦੋਂ ਮੈਂ ਜਿੱਤਿਆ 5 ਸਾਲ MP ਰਿਹਾ, ਕਦੀ ਮੇਰੇ 'ਚ ਐਟੀਚਿਊਡ ਹੋਇਆ ਹੋਵੇ ਜਾਂ ਕਿਸੇ ਨੂੰ MP ਬਣ ਕੇ ਮਿਲਿਆ ਹੋਵਾਂ, ਜਦੋਂ ਹਰਿਆ ਕਦੀ ਕਿਤੇ ਮਾਯੂਸ ਦੇਖਿਆ ਮੈਨੂੰ? ਇਹ ਹਾਰਾਂ ਜਿੱਤਾਂ ਬਣੀਆਂ ਹੋਈਆਂ ਨੇ, ਪਰਫੋਰਮ ਕਰੋ, ਕੈਂਪੇਨ ਕਰੋ, ਪਾਰਟੀ ਲਈ ਕਮਿਟਡ ਰਹੋ, ਡਿਟਰਮੀਨੇਸ਼ਨ ਨਾ ਖੋਵੋ, ਓਨੈਸਟ ਰਹੋ, ਕੰਮ ਕਰਦੇ ਰਹੋ। ਕਈ ਤੁਹਾਡੇ ਫੇਸ 'ਤੇ ਇੰਗਰੈਸ਼ਨ ਇੰਪਰੈਸ਼ਨ ਅਲੱਗ ਅਲੱਗ ਨਜ਼ਰ ਆਏ, ਕਿਤੇ ਨਾ ਕਿਤੇ ਤੁਸੀਂ ਪਿਆਰ ਨਾਲ ਗੱਲ ਕਰਦੇ ਆਏ, ਕਿਤੇ ਨਾ ਕਿਤੇ ਗੁੱਸਾ ਵੀ ਨਜ਼ਰ ਆਉਂਦਾ ਰਿਹਾ। ਇਨਸਾਨ ਹਾਂ ਮੈਂ, ਮੈਂ ਕੋਈ ਫਰਿਸ਼ਤਾ ਨਹੀਂ ਹਾਂ, ਨਾ ਮੈਂ ਕੋਈ ਇੱਦਾਂ ਦਾ ਹੈਗਾ ਢੋਂਗੀ ਜਿਹਾ। ਜਦੋਂ ਮੈਨੂੰ ਗੁੱਸਾ ਆਉਂਦਾ ਮੈਂ ਗੁੱਸੇ 'ਚ ਵੀ ਜਾਂਦਾ, ਜਦੋਂ ਪਿਆਰ ਆਉਂਦਾ ਪਿਆਰ, ਜਦੋਂ ਨੀਂਦ ਆਉਂਦੀ ਸੌਂ ਜਾਂਦਾ, ਭੁੱਖ ਲੱਗਦੀ ਮੈਂ ਖਾ ਲੈਂਦਾ, ਪਿਆਸ ਲੱਗੇ ਪਾਣੀ ਪੀ ਲੈਂਦਾ, ਨੋਰਮਲ ਬੰਦੇ ਦੀਆਂ ਨਿਸ਼ਾਨੀਆਂ ਨੇ। ਇਮੋਸ਼ਨਲ ਮੂਮੈਂਟ ਕਿਵੇਂ ਦੀ ਰਹਿੰਦੀ ਸੀਗੀ ਜਦੋਂ ਤੁਸੀਂ ਲੋਕਾਂ ਨੂੰ ਮਿਲਦੇ ਸੀਗੇ, ਅਤੇ ਉਸ ਸਮੇਂ ਇੱਕ ਪਾਸੇ ਕਿਸਾਨ ਆਉਂਦੇ ਸੀਗੇ ਅਤੇ ਜਿਹਦੇ ਕਰਕੇ ਕਿਤੇ ਨਾ ਕਿਤੇ ਕੰਪੇਨਿੰਗ ਨੂੰ ਫਰਕ ਪੈਂਦਾ, ਅਤੇ ਜਦੋਂ ਲੋਕਾਂ 'ਚ ਮਿਲਦੇ ਸੀ ਉਸ ਤਰ੍ਹਾਂ ਦਾ ਕਿਵੇਂ ਦਾ ਰਹਿੰਦਾ? ਸਭ ਆਪਣੇ ਭੈਣ ਭਾਈ ਨੇ, ਇੱਕ ਖਾਬ ਕਈ ਤਰ੍ਹਾਂ ਦੇ ਆਉਂਦੇ ਹੁੰਦੇ ਆ, ਚੰਗੇ ਵੀ ਆਉਂਦੇ ਬੁਰੇ ਵੀ ਆਉਂਦੇ ਆ। ਬੁਰਾ ਖਾਬ ਭੁੱਲ ਜਾਣਾ ਚਾਹੀਦਾ, ਆਪੇ ਭੁੱਲ ਜਾਂਦਾ ਹੁੰਦਾ, ਚੰਗਾ ਖਾਬ ਚੇਤਿਆਂ 'ਚ ਰੱਖੋ, ਕੋਈ ਗੱਲ ਨਹੀਂ। ਅੱਗੇ ਇਲੈਕਸ਼ਨ ਲੜਨ ਨੂੰ ਲੈ ਕੇ ਕੀ ਹੈ? ਅਗਲਾ ਮੈਂ ਬਾਹਲਾ ਨਹੀਂ ਸੋਚਦਾ ਹੁੰਦਾ, ਅੱਜ ਦਾ ਦਿਨ ਬਹੁਤ ਚੰਗਾ ਗੁਜ਼ਰਿਆ, ਤੁਸੀਂ ਆਏ, ਲੱਡੂ ਖਾਧੇ, ਔਰ ਦੋਸਤਾਂ ਮਿੱਤਰਾਂ ਨੂੰ ਮਿਲੇ, ਸੋਹਣੇ ਸ਼ਹਿਰ ਜਲੰਧਰ 'ਚ ਬੈਠੇ ਹਾਂ। ਕਹਿੰਦੇ ਨੇ ਸਾਡਾ ਫਕਰਾਂ ਦਾ ਸ਼ਹਿਰ ਜਲੰਧਰ ਕੁੜੇ, ਜਿੱਥੇ ਗੂੰਜਦਾ ਮਸਤ ਕਲੰਧਰ ਕੁੜੇ, ਅਤੇ ਬਹੁਤ ਅੱਛਾ ਲੱਗਾ। ਅੱਗੋਂ ਦੇਖਾਂਗੇ, ਜੋ ਮਾਲਕ ਨੂੰ ਮਨਜ਼ੂਰ ਹੈ, ਰੱਬ ਨੂੰ ਮਨਜ਼ੂਰ ਹੈ। ਰਾਜਨੀਤੀ 'ਚ ਜੁੜੇ ਰਹੋਗੇ ਕਿ ਹੁਣ ਫਿਰ ਦੁਬਾਰਾ ਗਾਇਕੀ ਵੱਲ ਜ਼ਿਆਦਾ? ਜੁੜਦਾ ਜੜਦਾ ਤਾਂ ਮੈਂ ਕਿਸੇ ਚੀਜ਼ ਨਾਲ ਨਹੀਂ, ਲੇਕਿਨ ਮੈਂ ਜਿਹੜੀ ਜੋਬ ਮੈਨੂੰ ਮਿਲੀ ਉਹਨੂੰ ਓਨੈਸਟਲੀ ਕਰਦਾ। ਜਦੋਂ ਗਾਉਂਦਾ ਹਾਂ ਰੂਹ ਨਾਲ ਗਾਉਂਦਾ ਹਾਂ, ਜਦੋਂ ਇਲੈਕਸ਼ਨ ਲੜਦਾ ਹਾਂ ਰੂਹ ਨਾਲ ਲੜਦਾ ਹਾਂ, ਜਦੋਂ ਕੋਈ ਹੋਰ ਵੀ ਕੰਮ ਕਰਨਾ ਮੈਨੂੰ ਪੈ ਜਾਏਗਾ ਤਾਂ ਮੈਂ ਰੂਹ ਨਾਲ ਹੀ ਕਰਾਂਗਾ। ਇਹ ਗੱਲ ਕੀਤੀ ਜਾਵੇ, ਥੋੜ੍ਹੀ ਦੇਰ ਪਹਿਲਾਂ ਇੱਥੇ ਸੁਖਵਿੰਦਰ ਕੋਟਲੀ ਹੋਣੀ ਕਾਂਗਰਸ ਦੇ ਜਿਹੜੇ ਵਿਧਾਇਕ ਨੇ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਨੇ ਕਿਹਾ ਕਿ ਜਿਹੜਾ ਇਸ ਵਾਰ ਮੋਦੀ ਨੂੰ ਲੋਕਾਂ ਨੇ ਨਕਾਰ ਦਿੱਤਾ, ਅਯੁੱਧਿਆ ਤੋਂ ਜਿਹੜਾ ਰਾਮ ਦਾ ਨਾਰਾ ਲਿਆ ਸੀਗਾ ਉੱਥੋਂ ਵੀ ਕਹਿੰਦੇ ਉਹਨਾਂ ਨੂੰ ਹਾਰ ਮਿਲੀ ਹੈ।
ਨਹੀਂ ਨਹੀਂ ਮੋਦੀ ਸਾਹਿਬ ਤਾਂ ਸ਼ਾਨੋ ਸ਼ੌਕਤ ਨਾਲ ਪ੍ਰਧਾਨ ਮੰਤਰੀ ਜੀ ਬਣ ਰਹੇ, ਤੁਸੀਂ ਆਪਣਾ ਫਿਕਰ ਕਰੋ। ਉਹ ਤਾਂ ਫਿਰ ਸ਼ਾਨੋ ਸ਼ੌਕਤ ਤੀਜੀ ਵਾਰੀ ਬਣ ਰਹੇ ਪ੍ਰਧਾਨ ਮੰਤਰੀ, ਕਿਹਨੇ ਨਕਾਰਿਆ? ਜੇ ਨਕਾਰ ਦਿੰਦੇ ਫਿਰ ਆਪਣਾ ਵਿਹਲੇ ਹੋ ਜਾਂਦੇ। ਅੱਗੇ ਕੀ ਲੱਗ ਰਿਹਾ ਹੈਗਾ ਕਿ ਹੁਣ ਜਿਹੜੇ 27 ਦੇ ਵੀ ਇਲੈਕਸ਼ਨ ਜਿਹੜੇ ਹੋਊਗੇ ਉਹਦੇ ਵਿੱਚ ਕਿਤੇ ਨਾ ਕਿਤੇ ਬੀਜੇਪੀ ਦਾ ਜਿਹੜਾ ਗ੍ਰਾਫ ਜ਼ਰੂਰ ਵਧਿਆ ਪੰਜਾਬ ਦੇ ਵਿੱਚ, ਉਸਦਾ ਉਹਨੂੰ ਫਾਇਦਾ ਮਿਲੇਗਾ ਜੇ ਅਗਰ ਗੱਠਜੋੜ ਨਹੀਂ ਹੁੰਦਾ ਇਕੱਲੇ ਲੜਦੀ ਹੈ? ਇਹ ਇਸ ਚੀਜ਼ ਦੀ ਇੱਕ ਇਸ਼ਾਰਾ ਕਰਦਾ ਕਿ ਪਰਸੈਂਟੇਜ ਵਧੀ ਆ, ਅੱਗੋਂ ਫਿਊਚਰ ਬੀਜੇਪੀ ਦਾ ਹੈ 2027 'ਚ। ਆਈ ਹੋਪ ਕਿ ਮਾਲਕ ਕਿਰਪਾ ਕਰੇ ਇਹਨਾਂ ਦੀ ਸਰਕਾਰ ਬਣੇਗੀ। ਬਿਲਕੁਲ, ਇਹ ਸਾਡੇ ਨਾਲ ਸੀ ਹੰਸਰਾਜ ਹੰਸ। ਇਹਨਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਕੋਈ ਵੀ ਇਸ ਤਰ੍ਹਾਂ ਦਾ ਗਮ ਨਹੀਂ ਹੈ ਕਿ ਅਗਰ ਉਹ ਇਲੈਕਸ਼ਨ ਹਾਰ ਗਏ ਆ ਉਹ ਫਿਰ ਵੀ ਫਰੀਦਕੋਟ ਦੇ ਲੋਕਾਂ ਦਾ ਧੰਨਵਾਦ ਕਰ ਰਹੇ ਨੇ। ਫਿਲਹਾਲ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਲਈ।